ਜਿਹੜਾ ਤੁਸੀਂ ਇੱਕ MLA ਨੂੰ ਇਹ ਕਿਹਾ ਕਿ ਇਹਨੂੰ ਦੌਰਾ ਪੈ ਗਿਆ, ਇਹਦਾ ਦਿਮਾਗ ਹਿੱਲ ਗਿਆ, ਉਹਨੂੰ ਜੁੱਤੀ ਸੰਘਾਓ ਇਹਨੂੰ, ਇਹਦਾ ਕਹਿਣ ਦਾ ਕੀ ਮਤਲਬ ਆ ਤੁਹਾਡਾ? ਉਹ ਜੁੱਤੀ ਉਹਨਾਂ ਨੂੰ ਸੰਘਾਉਣਾ ਜਿਨ੍ਹਾਂ ਦੇ ਤੂੰ ਜਿਨ੍ਹਾਂ ਦੀ ਜੁੱਤੀ ਨੂੰ ਪੈਰੀ ਹੱਥ ਲਾ ਕੇ ਜਿੱਤਿਆ, ਤੂੰ ਉਹਨਾਂ ਨੂੰ ਜੁੱਤੀ ਸੰਘਾਉਣਾ ਜਿਨ੍ਹਾਂ ਨੇ ਤੇਰੇ ਸਿਰ 'ਤੇ ਹੱਥ ਰੱਖਿਆ, ਤੂੰ ਕਿੰਨਾ ਧੱਕਾ ਕਰੇਗਾ ਇਹਨਾਂ ਦੇ ਨਾਲ? ਪਹਿਲਾਂ ਧੱਕਾ ਕੀਤਾ ਕਿ ਵਕੀਲ ਬਣਦੇ ਕਾ ਜਿਨ੍ਹਾਂ ਨੂੰ ਜੁੱਤੀਆਂ ਸੰਘਾਉਣਾ, ਉਹ ਉਹਨਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਤੇਰੇ ਅਰਗੇ ਦੀਆਂ ਤਨਖਾਹਾਂ ਭਰਦਿਆਂ, ਜਿਨ੍ਹਾਂ ਨੂੰ ਤੂੰ ਜੁੱਤੀਆਂ ਸੰਘਾਉਣਾ ਉਹਨਾਂ ਦੀਆਂ ਜੁੱਤੀਆਂ ਘਸ ਗਈਆਂ, ਤੈਨੂੰ ਗੱਡੀਆਂ ਦਿੰਦੇ ਆ, ਤੈਨੂੰ ਕੋਈ ਸਾਈਕਲ 'ਤੇ ਨਹੀਂ ਬਿਠਾਉਂਦਾ ਸੀ ਸਿਵਾਏ ਤੇਰੇ ਬਾਪੂ ਤੋਂ, ਤੇ ਅੱਜ ਜਦੋਂ ਤੈਨੂੰ ਉਹ ਤੂੰ ਤੂੰ ਕਹਿੰਦੇ ਆ, ਉਦੋਂ ਤੂੰ ਤੂੰ ਤੋਂ ਕਿੰਨਾ ਗੁੱਸਾ ਹੁੰਦਾ, ਤੇਰਾ ਪਾਰਾ ਚੜ ਜਾਂਦਾ, ਐਂ ਲੱਗਦਾ ਜਿਵੇਂ 20 ਡਾਕਟਰ ਆ ਕੇ ਤੇ ਬਰਫ਼ ਸਿੱਟਣਗੇ ਠੰਡਾ ਕਰਨਗੇ ਇਹਨੂੰ। ਉਹ ਤਾਂ ਤੂੰ ਇੱਥੇ ਨਾ ਤੈਨੂੰ ਤੇ ਨਾ ਉਹਨਾਂ ਨੂੰ ਸੁਣਨ ਵਾਸਤੇ ਨਹੀਂ ਭੇਜਿਆ, ਗੱਲ ਸੁਣ, ਸਾਡੀ ਤਨਖਾਹ 'ਤੇ ਚੱਲਣ ਵਾਲਿਆ, ਸਾਡੀ ਤਨਖਾਹ 'ਤੇ ਪਲਣ ਵਾਲਿਆ, ਸਾਡੀਆਂ ਸਾਡੇ ਟੈਕਸ ਤੋਂ ਆ ਸਾਡੇ ਟੈਕਸ ਤੋਂ ਦਿੱਤੇ ਹੋਏ ਘਰਾਂ 'ਚ ਰਹਿਣ ਵਾਲਿਆ, ਸਾਡੀਆਂ ਦਿੱਤੀਆਂ ਗੱਡੀਆਂ ਦੇ ਵਿੱਚ ਘੁੰਮਣ ਵਾਲਿਆ, ਤੈਨੂੰ ਤੇ ਤੇਰੇ ਸਾਰੇ 92 ਪਰਿਵਾਰਾਂ ਨੂੰ, ਪਰਿਵਾਰ ਹੀ ਅਕਸਰ ਤੇਰੀ ਪਾਲਟੀ, ਤੈਨੂੰ ਜਹਾਜ਼ ਕਿਰਾਏ 'ਤੇ ਲੈ ਕੇ ਦਿੱਤੇ ਆ, ਤੈਨੂੰ ਕੋਈ ਗੱਡੀ 'ਤੇ ਨਹੀਂ ਬਿਠਾਉਂਦਾ ਸੀ, ਤੈਨੂੰ ਹੈਲੀਕਾਪਟਰ 'ਚ ਬਿਠਾਇਆ, ਤੈਨੂੰ ਭਗਵੰਤ ਮਾਨ ਆਪਦੀ ਗੋਤ ਬਦਲ ਦੇ, ਭਗਵੰਤ ਹਿਟਲਰ ਲਿਖਵਾਲਾ ਜਾਂ ਭਗਵੰਤ ਦੀ ਥਾਂ 'ਤੇ ਜੌਨ ਲਿਖਾਲਾ, ਕਿੰਗ ਜੌਨ ਲਿਖਾਲਾ, ਕਿਉਂਕਿ ਕੱਲ੍ਹ ਜਿਹੜਾ ਕੰਮ ਕੀਤਾ ਵਿਧਾਨ ਸਭਾ ਦੇ ਵਿੱਚ, ਉਹ ਤਾਂ ਕੋਈ ਜਾਂ ਤਾਂ ਕੱਲ੍ਹ ਐਂ ਲੱਗਦਾ ਵੀ ਤੇਰੇ 'ਚ ਹਿਟਲਰ ਦੀ ਆਤਮਾ ਆ ਗਈ ਜਾਂ ਕਿੰਗ ਜੌਨ ਦੀ ਆਤਮਾ ਆ ਗਈ, ਹੋ ਸਕਦਾ ਕਿੰਗ ਜੌਨ ਸੁੱਤਾ ਪਿਆ ਹੋਵੇ ਅਤੇ ਆਤਮਾ ਅਕਸਰ ਭਟਕਦੀਆਂ ਰਹਿੰਦੀਆਂ ਜੇ ਸੌਂ ਜਾਣ, ਅਤੇ ਉਹ ਹੋ ਸਕਦਾ ਤੇਰੇ 'ਚ ਆ ਕੇ ਬੋਲਣ ਲੱਗ ਗਈਆਂ। ਪਹਿਲਾ ਨੰਬਰ ਤਾਂ ਤੁਸੀਂ ਉੱਥੇ ਕਿਹਾ ਕਿ ਲੋਕ ਲਾ ਦਿਓ, ਲੋਕਾਂ ਦੀ ਗੱਲ ਮੈਂ ਬਾਅਦ 'ਚ ਕਰਦਾ, ਜਿਹੜਾ ਤੁਸੀਂ ਇੱਕ MLA ਨੂੰ ਇਹ ਕਿਹਾ ਕਿ ਇਹਨੂੰ ਦੌਰਾ ਪੈ ਗਿਆ, ਇਹਦਾ ਦਿਮਾਗ ਹਿੱਲ ਗਿਆ, ਉਹਨੂੰ ਜੁੱਤੀ ਸੰਘਾਓ, ਇਹਦਾ ਮਤਲਬ ਕੀ ਆ? ਜੇਕਰ ਜੁੱਤੀ ਸੰਘਾਉਣ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ SC ਭਾਈਚਾਰੇ ਦਾ ਜਿਹਨੂੰ ਤੁਸੀਂ ਕਹੀ ਜਾਂਦੇ ਜੁੱਤੀ ਸੰਘਾਓ, ਅਤੇ ਜਿਹੜੇ ਹਿਸਾਬ ਨਾਲ ਕੱਲ੍ਹ ਤੁਸੀਂ ਲੋਕ ਚੱਕੇ ਆ, ਜਿੰਦਰੇ ਚੱਕੇ ਆ, ਜਿਹੜੇ ਹਿਸਾਬ ਨਾਲ ਕੱਲ੍ਹ ਤੁਹਾਡੀ ਬੋਲਬਾਣੀ ਸੀ, ਇਹ ਹਿਸਾਬ ਨਾਲ ਤਾਂ ਕੋਈ ਦਵਾਈ ਬੂਟੀ ਤੁਹਾਨੂੰ ਲੈਣੀ ਚਾਹੀਦੀ ਆ, ਕੋਈ ਛੂ ਛੱਪ ਬਾਬੇ ਕੋਲ ਜਾਣਾ ਚਾਹੀਦਾ, ਨਹੀਂ ਤਾਂ ਆ ਜਾਓ, ਇੱਕ ਮੇਰੇ ਤੋਂ 30-35 ਕਿਲੋਮੀਟਰ ਦੂਰ ਹੈਗਾ, ਉਹ ਉਪਾਅ ਦੱਸਦਾ, ਅਤੇ ਉਹ 500 ਉਹਦੀ ਫੀਸ ਆ, ਅਤੇ ਉਹਦੀ ਉਪਾਅ ਜਿਹੜੇ ਤੁਸੀਂ ਉਹ ਕਰ ਲਓ, ਜੇ ਹੋ ਸਕਦਾ ਉਪਾਅਾਂ ਦੇ ਨਾਲ ਤੁਹਾਡੀ ਜਿਹੜੀ ਬੋਲਬਾਣੀ ਉਹ ਬਦਲ ਜਾਵੇ। ਤੁਸੀਂ ਕਹਿ ਰਹੇ ਹਾਂ ਕਿ ਜੁੱਤੀ ਸੰਘਾਓ ਇਹਨੂੰ, ਇਹਦਾ ਕਹਿਣ ਦਾ ਕੀ ਮਤਲਬ ਆ ਤੁਹਾਡਾ? ਉਹ ਜੁੱਤੀ ਉਹਨਾਂ ਨੂੰ ਸੰਘਾਉਣਾ ਜਿਨ੍ਹਾਂ ਦੇ ਤੂੰ ਜਿਨ੍ਹਾਂ ਦੀ ਜੁੱਤੀ ਨੂੰ ਪੈਰੀ ਹੱਥ ਲਾ ਕੇ ਜਿੱਤਿਆ, ਤੂੰ ਉਹਨਾਂ ਨੂੰ ਜੁੱਤੀ ਸੰਘਾਉਣਾ ਜਿਨ੍ਹਾਂ ਨੇ ਤੇਰੇ ਸਿਰ 'ਤੇ ਹੱਥ ਰੱਖਿਆ, ਤੂੰ ਕਿੰਨਾ ਧੱਕਾ ਕਰੇਗਾ ਇਹਨਾਂ ਦੇ ਨਾਲ? ਪਹਿਲਾ ਧੱਕਾ ਕੀਤਾ ਕਿ ਵਕੀਲ ਬਣਨ ਦੇ ਕਾਬਲ ਨਹੀਂ, ਦੂਜਾ ਧੱਕਾ ਕਿੱਥੇ ਕੀਤਾ ਕਿ ਜੀ ਇਹ ਜਿਹੜੇ ਇਹਨਾਂ ਦੇ ਜਿਹੜੇ ਕੀ ਇਹਨਾਂ ਦੇ ਜਿਹੜੇ ਕਾਰੋਬਾਰ ਆ? ਫਿਰ ਦੂਜਾ ਧੱਕਾ ਇਹਨਾਂ ਜਿਹੜਾ ਦੂਜਾ ਧੱਕਾ, ਉਹਨਾਂ ਨੂੰ ਆਟਾ ਰਾਸ਼ਨ ਦਾਲ ਮਿਲਦਾ ਸੀ, ਉਹ 15-15 ਕਿਲੋ ਕਣਕਾਂ ਹੀ
ਤੇ ਤੂੰ ਐਸੀ ਲੋਕਾਂ ਨੂੰ ਜਿਹੜੇ ਗਰੀਬ ਲੋਕ ਸੀ ਉਹਨਾਂ ਨੂੰ ਤੂੰ 13-13 ਕਿਲੋ ਦਵਾਈ। ਮੈਂ ਕੋਈ ਆਟਾ ਰਾਸ਼ਨ ਦਾਲ ਦੇ ਪੱਖ ਵਿੱਚ ਨਹੀਂ ਗਾ, ਮੈਂ ਤਾਂ ਇਹ ਕਹਿੰਦਾ ਕਿ ਇਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਪਰ ਜਿਹੜਾ ਉਹਨਾਂ ਨੂੰ ਮਿਲਦਾ ਉਹ ਤਾਂ ਪੂਰਾ ਮਿਲੇ। ਉਹ ਗੱਲ ਸੁਣ, ਜਿਨ੍ਹਾਂ ਨੂੰ ਜੁੱਤੀਆਂ ਸੰਘਾਉਣਾ ਉਹਨਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਤੇਰੇ ਅਰਗੇ ਦੀਆਂ ਤਨਖਾਹਾਂ ਭਰਦਿਆਂ। ਜਿਨ੍ਹਾਂ ਨੂੰ ਤੂੰ ਜੁੱਤੀਆਂ ਸੰਘਾਉਣਾ ਉਹਨਾਂ ਦੀਆਂ ਜੁੱਤੀਆਂ ਘਸ ਗਈਆਂ, ਤੈਨੂੰ ਗੱਡੀਆਂ ਦਿੰਦੇ ਆ, ਤੈਨੂੰ ਕੋਈ ਸਾਈਕਲ 'ਤੇ ਨਹੀਂ ਬਿਠਾਉਂਦਾ ਸੀ ਸਿਵਾਏ ਤੇਰੇ ਬਾਪੂ ਤੋਂ। ਅਤੇ ਅੱਜ ਜਦੋਂ ਤੈਨੂੰ ਉਹ ਤੂੰ ਤੂੰ ਕਹਿੰਦੇ ਆ, ਉਦੋਂ ਤੂੰ ਤੂੰ ਤੋਂ ਕਿੰਨਾ ਗੁੱਸਾ ਹੁੰਦਾ, ਤੇਰਾ ਪਾਰਾ ਚੜ੍ਹ ਜਾਂਦਾ। ਉਦੋਂ ਐਂ ਲੱਗਦਾ ਜਿਵੇਂ 20 ਡਾਕਟਰ ਆ ਕੇ ਅਤੇ ਬਰਫ਼ ਸਿੱਟਣਗੇ, ਠੰਡਾ ਕਰਨਗੇ ਇਹਨੂੰ। ਉਦੋਂ ਕਿਵੇਂ ਤੇਰਾ ਪਾਰਾ ਚੜ੍ਹਦਾ, ਅਤੇ ਜਦੋਂ ਤੈਨੂੰ ਉਹ ਤੂੰ ਕਹਿੰਦੇ ਆ ਤੈਨੂੰ ਗੁੱਸਾ ਚੜ੍ਹਦਾ, ਅਤੇ ਤੂੰ ਲੋਕਾਂ ਨੂੰ ਕੀ ਕਹਿ ਰਿਹਾ, ਤੂੰ ਕੀ ਕਹਿ ਰਿਹਾ ਵਿਧਾਨ ਸਭਾ ਦੇ ਵਿੱਚ, ਇਹਨੂੰ ਜੁੱਤੀ ਸੰਘਾਓ। ਫਿਰ ਵਿੱਚ ਵਿਧਾਨ ਸਭਾ ਦੇ ਕੀ ਕਹਿੰਦਾ, ਆਖੇ ਜਿੰਦਰਾ ਤਾਂ ਲਾ ਰਹੇ ਹਾਂ, ਲੋਕ ਤਾਂ ਲਾ ਰਹੇ ਹਾਂ ਕਿ ਲੋਕਾਂ ਨੇ ਤੁਹਾਨੂੰ ਇੱਥੇ ਭੇਜਿਆ, ਜਿਹੜਾ ਲੋਕਤੰਤਰ ਬਚਾਉਣ ਵਾਸਤੇ ਭੇਜਿਆ, ਲੋਕਾਂ ਨੇ ਤੁਹਾਨੂੰ ਸਵਾਲ ਸੁਣਨ ਵਾਸਤੇ ਭੇਜਿਆ। ਗੱਲ ਸੁਣ, ਗਲਤ ਆ ਤੂੰ ਇੱਥੇ, ਨਾ ਤੈਨੂੰ ਅਤੇ ਨਾ ਉਹਨਾਂ ਨੂੰ ਸੁਣਨ ਵਾਸਤੇ ਨਹੀਂ ਭੇਜਿਆ। ਗੱਲ ਸੁਣ, ਸਾਡੀ ਤਨਖਾਹ 'ਤੇ ਚੱਲਣ ਵਾਲਿਆ, ਸਾਡੀ ਤਨਖਾਹ 'ਤੇ ਪਲਣ ਵਾਲਿਆ, ਸਾਡੇ ਟੈਕਸ ਤੋਂ ਦਿੱਤੇ ਹੋਏ ਘਰਾਂ 'ਚ ਰਹਿਣ ਵਾਲਿਆ, ਸਾਡੀਆਂ ਦਿੱਤੀਆਂ ਗੱਡੀਆਂ ਦੇ ਵਿੱਚ ਘੁੰਮਣ ਵਾਲਿਆ, ਤੈਨੂੰ ਅਤੇ ਤੇਰੇ ਸਾਰੇ 92 ਪਰਿਵਾਰਾਂ ਨੂੰ, ਪਰਿਵਾਰ ਹੀ ਅਕਸਰ ਤੇਰੀ ਪਾਲਟੀ, ਤੈਨੂੰ ਜਹਾਜ਼ ਕਿਰਾਏ 'ਤੇ ਲੈ ਕੇ ਦਿੱਤੇ ਆ, ਤੈਨੂੰ ਕੋਈ ਗੱਡੀ 'ਤੇ ਨਹੀਂ ਬਿਠਾਉਂਦਾ ਸੀ, ਤੈਨੂੰ ਹੈਲੀਕਾਪਟਰ 'ਚ ਬਿਠਾਇਆ, ਤੈਨੂੰ ਹੁਣ ਤੁਹਾਨੂੰ ਸੋਰੀ ਤੁਹਾਡੇ ਫਿਰ ਨਾਲ ਦੀ ਨਾਲ ਬੰਦੇ ਥੋ ਸੀ ਤਾਂ ਤੂੰ ਕਹਿਣ 'ਤੇ ਭੜਕ ਜਾਂਦੇ, ਮੈਂ ਤਾਂ ਤੈਨੂੰ ਕਹਿ ਰਿਹਾ ਸੀ ਵੇਖੀਏ ਠੰਡਾ ਰਹਿਣਾ, ਇੱਥੇ ਕੋਈ ਮਾੜੀ ਮੋਟੀ ਭਰਾਵਾ ਗੂੰਦਕਤੀ ਦਾ ਪਿਓ ਜੇ ਗਰਮੀ 'ਚ ਇਹਨੂੰ, ਜਿਹੜਾ ਤੁਹਾਨੂੰ ਗੱਡੀਆਂ ਲੈ, ਤੁਹਾਡੇ ਨਾਲ ਕੋਈ ਗੁਆਂਢੀ ਨਹੀਂ ਤੁਰਦਾ ਸੀ, ਤੁਹਾਡੇ ਨਾਲ ਗਨਮੈਨ ਕਿੰਨਾ ਨੇ ਤੁਰੇ, ਜਿਨ੍ਹਾਂ ਨੂੰ ਅੱਜ ਜੁੱਤੀਆਂ ਦੱਸਦੇ ਆ, ਤੁਸੀਂ ਜੁੱਤੀਆਂ ਸੰਘਾਉਣ ਦੀ ਗੱਲ ਕਰਦੇ ਆ, ਉਹ ਰੋ ਰਿਹਾ ਸੀ ਨਾਲੇ ਦੱਸ ਰਿਹਾ ਸੀ ਕਿ ਮੈਂ ਕਿਹਾ ਸੀ ਡਿਪਟੀ ਸੀਐਮ ਬਣਾਓ ਤੇ ਬਣਾਓ, ਕਿਹਾ ਸੀ, ਕਿੱਥੇ ਆ ਕੇਜਰੀਵਾਲ, ਕਿਹਾ ਸੀ ਕਿ ਨਹੀਂ ਕਿਹਾ ਸੀ ਦੱਸੋ ਤੁਸੀਂ। ਮੈਂ ਕੋਈ ਫੁੱਟ ਨਹੀਂ ਪਾ ਰਿਹਾ, ਪਰ ਇਹ ਜੁੱਤੀਆਂ ਸੰਘਾਉਣੀਆਂ ਦੇ ਸ਼ਬਦ ਬੋਲਣੇ ਤੁਹਾਡੇ ਮੂੰਹੋਂ ਫੱਬਦੇ ਨਹੀਂ ਗਏ। ਮੁੱਖ ਮੰਤਰੀ ਰਹੇ ਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਜਾਓ ਤੁਸੀਂ 2-3 ਮਹੀਨੇ ਪਹਿਲਾਂ ਉਹਨਾਂ ਨੂੰ ਸੁਣ ਲਓ, ਉਹ ਵਿਧਾਨ ਸਭਾ 'ਚ ਕਿਵੇਂ ਬੋਲਦੇ ਸੀ, ਇੰਨੀ ਲਿਆਕਤ ਸੀ ਉਹਨਾਂ ਦੇ ਵਿੱਚ, ਇੰਨੀ ਨਿਮਰਤਾ ਸੀਗੀ। ਜੇਕਰ ਬਾਬਾ ਪ੍ਰਕਾਸ਼ ਸਿੰਘ ਜੀ ਬਾਦਲ ਚੰਗਾ ਹੋ ਗਿਆ ਲੰਬੀ ਤੋਂ ਨਹੀਂ ਜਿੱਤੇ, ਅਤੇ ਜੇਕਰ ਉਹ ਜਿੱਤੇ ਹੁੰਦੇ ਤਾਂ ਤੁਹਾਡੀ ਪਹਿਲੀ ਵਿਧਾਨ ਸਭਾ ਉਹਨਾਂ ਨੇ ਲਾਈ ਹੁੰਦੀ, ਮੈਂ ਅਕਾਲ ਸੁਖਬੀਰ ਬਾਦਲ ਕਹੂੰਗਾ ਗੁੱਸਾ ਨਾ ਕਰ ਜੀ, ਇਹਦੀ ਬੋਲਬਾਣੀ ਵੇਖ ਕੇ ਉਹਨੂੰ ਅਟੈਕ ਹੋ ਜਾਣਾ ਸੀ ਕਿ ਮੁੱਖ ਮੰਤਰੀ ਦੀ ਇਹੋ ਜਿਹੀ ਬੋਲਬਾਣੀ। ਮੁੱਖ ਮੰਤਰੀ ਨੇ 116 MLA ਨੂੰ ਠੰਡਾ ਕਰਨਾ ਹੁੰਦਾ, ਇਹ ਤਾਂ ਆਪ ਗਰਮ ਹੋਇਆ ਫਿਰਦਾ, ਉਹਨੇ ਸਮਝਾਉਣਾ ਹੁੰਦਾ ਕਿ ਆਹ ਠੰਡੇ ਹੋ, ਕੋਈ ਗੱਲ ਨਹੀਂ ਤੁਸੀਂ ਕਰੋ ਗੱਲਾਂ। ਤੁਹਾਡਾ ਜਿਹੜਾ ਕੈਮਰਾ ਉਹ ਸਾਰੇ ਦਾ ਸਾਰਾ ਆਮ ਆਦਮੀ ਪਾਰਟੀ 'ਤੇ ਰਹਿੰਦਾ ਅਤੇ ਕਾਂਗਰਸੀਆਂ ਦੀ ਢੂਹੀ ਵਿਖਾਈ ਜਾਂਦੇ ਰਹਿੰਦੇ ਆ। ਮੈਨੂੰ ਤਾਂ ਐਂ ਲੱਗਦਾ ਵੀ ਵਿਧਾਨ ਸਭਾ 'ਚ ਉਹਨਾਂ ਦੇ ਮੂੰਹ ਹੀ ਗਾਇਬ ਹੋ ਜਾਂਦੇ ਆ। ਫਿਰ ਜਿਹੜਾ ਲੋਕਾਂ ਨੇ ਤੁਹਾਨੂੰ ਉੱਥੇ ਭੇਜਿਆ, ਕਾਹਦੇ ਵਾਸਤੇ ਭੇਜਿਆ, ਤੈਨੂੰ ਨਾ ਸੁਣਾਉਣ ਵਾਸਤੇ ਭੇਜਿਆ ਕਿ ਮੈਂ
ਬਾਜਵਾ ਸਾਹਿਬ ਅੱਖਾਂ 'ਚ ਅੱਖਾਂ ਪਾਓ, ਅੱਖਾਂ 'ਚ ਅੱਖਾਂ ਪਾਓ, ਅੱਖਾਂ 'ਚ ਅੱਖਾਂ ਪਾਓ। ਇਹਦੇ ਵਾਸਤੇ ਨਹੀਂ ਘੱਲਿਆ ਉੱਥੇ ਤੁਹਾਨੂੰ ਵੀ ਅੱਖਾਂ 'ਚ ਅੱਖਾਂ ਪਾਓ, ਅੱਖਾਂ ਅੱਖਾਂ ਨਹੀਂ ਪਾਉਣ ਘੱਲਿਆ ਤੈਨੂੰ ਉੱਥੇ। ਉਹ ਇਹ ਕੋਈ ਉੱਥੇ ਮਾਰ ਕੀਆਂ ਅੱਖਾਂ 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 ਪਾਓ ਗਾਣੇ ਗਾਉਣ ਘੱਲਿਆ ਉੱਥੇ ਹੈ? ਅੱਖਾਂ 'ਚ ਅੱਖਾਂ ਪਾਓ, ਅੱਖਾਂ 'ਚ ਅੱਖਾਂ। ਨਹੀਂ ਨਹੀਂ, ਤੈਨੂੰ ਤੁਹਾਨੂੰ ਤੁਹਾਡੇ ਨਾਲ ਦੇ ਕੰਨਵਿਆਂ ਨੂੰ ਆਪਦੇ ਆਪਦੇ ਹਲਕਿਆਂ ਦੇ ਮੁੱਦੇ ਸੁਣਾਉਣ ਘੱਲਿਆ, ਅਤੇ ਜਿਹੜੇ ਤੁਸੀਂ ਸੁਣਾਏ ਨਹੀਂ। ਕੱਲ੍ਹ ਜਿੰਦਰੇ ਲਵਾ ਦਿਉ ਆਖੇ, ਇਹਨਾਂ ਨੇ ਸੁਣਨਾ ਨਹੀਂ ਕੁਛ ਵੀ, ਅਤੇ ਤੁਸੀਂ ਕੀ ਸੁਣਾਇਆ? ਮੈਂ ਅੱਜ ਮੀਡੀਆ ਚੈਨਲਾਂ ਵਾਲਿਆਂ ਨੂੰ ਕਹੂੰਗਾ ਕਿ 75 ਸਾਲ ਹੋ ਗਏ ਇਸੇ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਆ ਡਰਾਮੇ ਚੱਲਦਿਆਂ ਨੂੰ। ਕੱਲ੍ਹ ਦਾ ਡਰਾਮਾ ਤਾਂ ਮੈਂ ਵੇਖ ਕੇ ਹੈਰਾਨ ਹੋ ਗਿਆ। 2022 ਤੋਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਇਹਨਾਂ ਦੀ ਸਰਕਾਰ ਬਣੀ ਆ, ਇਹਨਾਂ ਨੇ ਸਵਾਏ ਜਿਦਨ ਤੋਂ ਪੰਜਾਬ ਵਾਸਤੇ ਕੀ ਮੰਗਿਆ? ਧੂਰੀ ਤੋਂ MLA ਜਿੱਤਿਆ ਹੋਇਆ ਕੌਣ? ਭਗਵੰਤ ਮਾਨ। ਇਹਨੇ ਕਦੇ ਧੂਰੀ ਦੀ ਗੱਲ ਕੀਤੀ ਆ? ਸੰਗਰੂਰ ਦੇ ਵਿੱਚ ਦੱਸੇ ਚਿੱਟਾ ਹੈਗਾ ਕਿ ਨਹੀਂ ਹੈਗਾ? ਫਿਰ ਮੈਂ ਫੋਨ ਕਰਦਾ ਤੁਹਾਡੇ 91 MLA ਜਿਹੜੇ ਤੇਰੇ ਨਾਲ ਦੇ, ਆਹੀ ਤੁਹਾਡੀ ਰੇਤ ਮਾਫੀਆ ਚੱਲੀ ਜਾਂਦੀ ਆ। ਆ ਮੈਂ ਰਿਕਾਰਡਿੰਗ ਸੁਣਾ ਸਕਦਾ, ਮੇਰੇ ਸੱਜਣ ਨੇ ਇੱਕ ਰੇਤਾ ਜਿਹੜਾ ਕਹਿ ਲਓ ਰੇਤਾ ਸਟਾਉਣਾ ਸੀ, 34 ਰੁਪਈਏ ਫੁੱਟ ਰੇਤਾ ਬੋਲਿਆ ਉਹਨੇ, 34 ਰੁਪਈਏ। ਦੱਸੋ ਫਿਰ ਤੁਹਾਡੀਆਂ ਹੀ ਰੇਤ ਮਾਫੀਆਂ ਚਰਨਜੀਤ ਸਿੰਘ ਚੰਨੀ ਨੇ ਵਿਖਾਈਆਂ, ਉੱਥੇ ਕੀ ਕਰ ਲਿਆ? ਤੁਹਾਡੀ ਰੇਤ ਮਾਫੀਆ ਕੁਲਵੀਰ ਜੀਰਾ ਨੇ ਵਿਖਾਈ, ਉੱਥੇ ਕੀ ਕਰ ਲਿਆ? ਤੁਹਾਡਾ ਇੱਕ ਮੰਤਰੀ ਜਿਹਨੇ ਆਪਦਾ ਮੁੰਡਾ 50,000 ਦੀ ਤਨਖਾਹ 'ਤੇ ਲਵਾਇਆ, ਉੱਥੇ ਘੁੰਗੜੀਆਂ ਪਾ ਕੇ ਸੌਂ ਗਏ? ਉੱਥੇ ਕਿਉਂ ਨਹੀਂ ਜਾਗਦੇ? ਕਿਹੜੀ ਗੱਲੋਂ ਤੁਸੀਂ ਬੜੇ ਵਿੱਚ? ਫਿਰ ਮੈਂ ਸਪੀਕਰ ਸਾਹਿਬ ਨੂੰ ਵੀ ਕਹਿਣਾ ਚਾਹੂੰਗਾ ਕਿ ਸਪੀਕਰ ਸਾਹਿਬ, ਪਹਿਲਾਂ ਤਾਂ ਤੁਸੀਂ ਭਗਵੰਤ ਮਾਨ ਨੂੰ ਠੰਡਾ ਕਰੋ। ਇਹਨੂੰ ਕਹਿ ਵੀ ਭਾਈ ਕਿਹੜੀ ਇਹੋ ਜਿਹੀ ਸਫੇਦ ਮੁਸਲੀ ਖਾ ਲਈ ਇਹਨੇ ਠੰਡਾਂ ਦੇ ਵਿੱਚ? ਕਿਹੜੀ ਇਹੋ ਜਿਹੀ ਰੇਗਮਾਈ ਖਵਾਤੀ ਇਹਨੂੰ ਜਿਹੜਾ ਇੰਨਾ ਗਰਮ ਹੋਇਆ ਫਿਰਦਾ? ਇਹ ਤਾਂ ਐਂ ਲੱਗਦਾ ਜਿਵੇਂ ਕੋਈ ਜੜੀਆਂ ਬੂਟੀਆਂ ਖਾ ਕੇ ਆ ਜਾਂਦਾ ਅਤੇ ਇੱਥੇ ਹਜ਼ਮ ਕਰਦਾ ਆ ਕੇ ਵਿਧਾਨ ਸਭਾ ਦੇ ਵਿੱਚ। ਹੁਣ ਪੰਜਾਬ ਦੇ ਲੋਕ ਭੁੱਖੇ ਮਰੀ ਜਾਂਦੇ ਆ, ਪੰਜਾਬ ਦੇ ਲੋਕਾਂ ਦੇ ਜਿਹੜੇ ਹੜ੍ਹ ਆਏ ਸੀ ਉਹਨਾਂ ਦੇ ਘਰ ਡਿੱਗੇ, ਉੱਥੇ ਨੇ ਚੈੱਕ ਕਿੰਨੇ ਦੇ ਦਿੱਤੇ? 6,500 ਰੁਪਈਏ ਦੇ, 4,000 ਰੁਪਈਏ ਦੇ। ਲੋਕਾਂ ਦਾ ਜਿਹੜਾ ਲੋਕਾਂ ਦੇ ਘਰ ਰੁਲੇ ਪਏ ਆ, ਲੋਕ ਚਿੱਟੇ 'ਚ ਮਰ ਗਏ। ਮੇਰੇ ਮੈਂ ਇੱਥੇ ਮੈਨੂੰ ਕਹਿਣਾ ਪਊਗਾ ਮਾਫ਼ੀ ਚਾਹੁੰਦਾ, ਕੋਈ ਪਿੰਡ ਵਾਲਾ ਗੁੱਸਾ ਕਰੀ ਜਾਊਗਾ ਤਾਂ ਕਰੀ ਜਾਵੇ। ਦੋ ਨੌਜਵਾਨ ਮੁੰਡੇ ਮੇਰੇ ਪਿੰਡ ਦੇ ਮੁੱਕ ਗਏ, ਇੱਕ ਅੱਜ ਮੁੱਕ ਗਿਆ, ਇੱਕ ਦੂਜੇ ਦਿਨ ਮੁੱਕ ਗਿਆ, ਐਂ ਮੁੱਕਿਆ? ਹਾਂ ਨਾਲੇ ਹਫ਼ਤਾ ਹੀ ਨਹੀਂ, ਹਫ਼ਤਾ ਤਾਂ ਨਹੀਂ ਹੋਇਆ ਨਾ, ਹਫ਼ਤਾ ਕੁ ਹੋ ਗਿਆ। ਅਤੇ ਦੱਸੋ ਵੀ ਇਹ ਜ਼ਿੰਮੇਦਾਰ ਕੌਣ ਆ ਇਹ ਦੱਸੋ। ਫਿਰ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਇੱਥੇ ਪੰਜਾਬ ਦੇ ਨੌਜਵਾਨ ਤੇਰੇ ਬਾਹਰ 'ਚ ਆਉਣ ਲੱਗਿਆ, ਤੂੰ ਲੋਕਤੰਤਰ ਦੀ ਗੱਲ ਕਰਦਾ, ਤੇਰੇ ਬਾਹਰ 'ਚ ਆਉਣ ਲੱਗਿਆ ਸਰਦਾਰ ਭਗਵੰਤ ਮਾਨ ਜੀ ਉਰਫ ਫਾਤਮਾ ਹਿਟਲਰ ਦੀ, ਤੁਹਾਨੂੰ ਇਹ ਕਹੂੰਗਾ ਕਿ ਤੁਹਾਡੇ ਬਾਹਰ ਦੇ ਵਿੱਚ ਜਿਹੜੇ ਬੇਰੁਜ਼ਗਾਰ ਆ ਕੇ ਡਾਂਗਾ ਖਾ ਕੇ ਜਾਂਦੇ ਆ, ਭੈਣਾਂ ਧੀਆਂ ਭੈਣਾਂ ਦੀਆਂ ਚੁੰਨੀਆਂ ਲੱਥ ਕੇ ਜਾਂਦੀਆਂ, ਇਹਨੂੰ ਲੋਕਤੰਤਰ ਕਹਿੰਦੇ ਆ? ਜੇਕਰ ਇਹੋ ਜਿਹਾ ਲੋਕਤੰਤਰ ਹੈ ਤਾਂ ਭਾਈ ਇਸ ਕਰਕੇ ਤੂੰ ਅਸਤੀਫਾ ਦੇ ਦੇ, ਜੇ ਇਹੋ ਜਿਹਾ ਲੋਕਤੰਤਰ ਆ ਨਾ। ਕੀ ਕਹਿ ਰਿਹਾ ਆਖੇ ਕਿੱਦ ਬਿਸਕੁਟ
ਬਿਸਕੁਟ ਇਹਨੂੰ ਦਿਓ ਭਰਾਵਾ, ਕੋਈ ਪਤੰਜਲੀ ਦਾ 10 ਰੁਪਈਆਂ ਦਾ ਬਿਸਕੁਟ ਲੈ ਖਾ ਲੂਗਾ ਇਹ ਸਾਰਾ ਕੰਮ। ਇਹ ਤਾਂ ਸਮਗਲਰਾਂ ਦੀ ਗੱਲ ਚੱਲੂਗੀ। ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਹੋਏ, ਸਰਦਾਰ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਹੋਏ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੋਏ, ਵਿਧਾਨ ਸਭਾ ਦੇ ਵਿੱਚ ਜਿੰਨਾ ਤੁਹਾਡਾ ਆ ਰਵੱਈਆ ਜਿਹੜਾ ਗੁੱਸੇਦਾਰ, ਉਹਨਾਂ ਤਿੰਨਾਂ ਦਾ ਹੈ ਨਹੀਂ ਸੀ। ਮੈਂ ਕਹਿੰਦਾ ਜੇ ਚਰਨਜੀਤ ਚੰਨੀ ਨੂੰ ਗੁੱਸਾ ਚੜਿਆਵੇ ਨਾ, ਜੇ ਜਿਵੇਂ ਭਾਨੇ ਸਿੱਧੂ ਨੇ ਉਹਦੀ ਕਾਫਲਾ ਰੋਕ ਲਿਆ ਸੀ, ਪਿੰਡ 'ਚ ਨਹੀਂ ਜਾਣ ਦਿੱਤਾ ਸੀ ਤੇਰੇ ਪਿੱਛੇ, ਅਤੇ ਜੇਕਰ ਤੇਰਾ ਕਾਫਲਾ ਰੋਕਿਆ ਹੁਣ ਤਾਂ ਮੈਨੂੰ ਲੱਗਦਾ ਭਾਨਾ ਸਿੱਧੂ ਉੱਥੇ ਆਉਣਾ ਹੀ ਨਹੀਂ ਸੀਗਾ। ਇੰਨੀ ਤਾਂ ਮਾੜੀ ਕਿਸੇ ਨੇ ਨਹੀਂ ਕੀਤੀ। ਪੰਜਾਬ ਦੇ ਲੋਕਾਂ ਨੇ ਤੇਰੀਆਂ 92 ਸੀਟਾਂ ਜਿਤਾਈਆਂ, ਅਤੇ ਤੂੰ ਅੱਜ ਜਿਹੜੇ ਮਿਹਣੇ ਮਾਰਦਾ ਨਾ ਦੂਜਿਆਂ ਨੂੰ, ਕਿੱਥੇ ਆ 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 ਜਿਹੜਾ ਐਂ ਘੁੱਕੀ ਜਾਂਦਾ। ਇਹੀ 2017 'ਚ ਤੇਰੇ 17-18 MLA ਹੁੰਦੇ ਸੀ, ਅੱਜ ਉਹਨਾਂ ਦੇ ਆ। ਕਹਿੰਦਾ ਭੰਡਾ ਭਡੋਰੀਆ ਕਿੰਨਾ ਕੁ ਪਾਰ, ਇੱਕ ਮੁੱਠੀ ਚੱਕ ਲਾ ਦੂਜੀ ਤਿਆਰ। ਫਿਰ ਇੱਕੋ ਗੱਲ ਕਹੂੰਗਾ ਕਿ ਭਗਵੰਤ ਮਾਨ ਸਿਆ ਇਹ ਕਹੂੰਗਾ, ਹੰਕਾਰ ਨਾ ਕਰਿਆ ਕਰ ਭਗਵੰਤ ਮਾਨ ਸਿਆ, ਹੰਕਾਰ ਨਾ ਕਰਿਆ ਕਰ। ਤਕਦੀਰ ਬਦਲਦੀ ਰਹਿੰਦੀ ਆ, ਵਿਧਾਨ ਸਭਾ ਵਿਧਾਨ ਸਭਾ ਰਹਿੰਦਾ, ਬਸ MLA ਦੀ ਸੀਟ ਬਦਲਦੀ ਰਹਿੰਦੀ ਆ। ਜਿਹੜੀ ਸੀਟਾਂ 'ਚ ਤੇਰੇ ਕੋਲ ਇਹੀ ਕੱਲ੍ਹ ਨੂੰ ਉਹਨਾਂ ਕੋਲ ਹੋ ਸਕਦੀਆਂ, ਇੰਨਾ ਹੰਕਾਰ ਚੰਗਾ ਨਹੀਂ ਹੁੰਦਾ। ਭਗਵੰਤ ਮਾਨ ਸਿਆ ਰਾਜਨੀਤੀ ਤਿਲਕਣਬਾਜ਼ੀ ਆ, ਪਬ ਬੋਚ ਬੋਚ ਕੇ ਧਰਿਆ ਕਰ ਭਗਵੰਤ ਮਾਨ ਸਿਆ, ਰਾਜਨੀਤੀ ਤਿਲਕਣਬਾਜ਼ੀ ਆ, ਪਬ ਬੋਚ ਬੋਚ ਕੇ ਧਰਿਆ ਕਰ। ਤੈਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਲੋਕਾਂ ਨੇ, ਗੱਲ ਇਹਨਾਂ ਦੇ ਹੱਕਾਂ ਦੀ ਕਰਿਆ ਕਰ, ਨਾ ਕਿ ਤੈਨੂੰ ਜਿੱਦਣ ਭੇਜਿਆ। ਅਕਾਲੀ ਕਾਂਗਰਸੀ ਆ ਉਹ ਲੋਕ ਜਿਹੜੇ ਅਕਾਲੀ ਕਾਂਗਰਸੀ ਆ ਉਹ ਲੋਕਾਂ ਨੇ ਹਰਾਏ ਆ, ਤਾਂ ਕਾਹਦੇ ਵਾਸਤੇ ਤੂੰ ਉਹਨਾਂ ਨੂੰ ਸੁਪਨੇ ਵਿਖਾਏ? ਇਹਨਾਂ ਨੂੰ ਤਾਂ ਲੋਕਾਂ ਨੇ ਹਰਾਇਆ, ਸੁਣੀ ਚੱਲੋ ਗੱਲ, ਇਹਨਾਂ ਨੂੰ ਤਾਂ ਲੋਕਾਂ ਨੇ ਹਰਾਇਆ। ਯਾਦ ਰੱਖਿਆ ਜੇ ਗੱਲ ਇਹ ਵੀ ਯਾਦ ਕਰੋਗੇ ਕਿ ਇਹ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ, ਜਦੋਂ 2027 ਦਾ ਰਿਜ਼ਲਟ ਆਉਣਾ, ਜਦੋਂ 2027 ਦਾ ਰਿਜ਼ਲਟ ਆਉਣਾ, ਯਾਦ ਰੱਖੋ ਕਿ ਉਸ ਟਾਈਮ 'ਤੇ ਕਈਆਂ ਨੂੰ ਤੁਹਾਡੇ ਅਟੈਕ ਦੇ ਦੌਰੇ ਪੈਣੇ, ਵੀ ਹਾਏ ਰੱਬਾ ਕੀ ਹੋ ਗਿਆ, ਵੇਖੀ ਚੱਲੀ, ਇਹਨਾਂ ਤਾਂ 17 ਆਈ ਗਈਆਂ, ਤੁਹਾਡੇ ਕੋਲ 7 ਨਹੀਂ ਨਿਕਲਦੀਆਂ। ਨੋਟ ਕਰੀਏ, ਪੰਜਾਬ ਦੇ ਲੋਕਾਂ ਨੂੰ ਰਿਜ਼ਲਟ ਦੇਣਗੇ। ਯਾਦ ਰੱਖੀ ਗੱਲ, ਇੰਨਾ ਹੰਕਾਰ ਚੰਗਾ ਨਹੀਂ ਹੁੰਦਾ। ਮੈਂ ਕਹਿੰਦਾ ਸਿਹਤ ਸਿੱਖਿਆ ਰੁਜ਼ਗਾਰ ਪੰਜਾਬ ਦੇ ਲੋਕਾਂ ਦੀ ਗੱਲ ਕਰ, ਉਲਟਾ ਤੂੰ ਪੰਜਾਬ ਦੇ ਲੋਕਾਂ ਨੂੰ ਡਿਬੜੂਗੜ੍ਹ 'ਚ ਸਟਾ ਤਾ, ਉਲਟਾ ਤੂੰ ਪੰਜਾਬ ਦੇ ਲੋਕਾਂ ਨੂੰ ਕਿਤੇ ਦੀ ਕਿਤੇ ਸਟਾ ਤਾ। ਅਤੇ ਇੱਕ ਬੰਦੇ ਨੇ ਤੈਨੂੰ ਸਵਾਲ ਕੀਤਾ, ਤੂੰ ਤਾਂ ਕਹਿੰਦੇ ਲੋਕਾਂ ਨੂੰ ਸਵਾਲ ਕਰੋ, ਤੁਹਾਨੂੰ ਸਵਾਲ ਕੀਤਾ ਕਿ ਡਿਪਟੀ CM ਬਣਾਓ SC ਭਾਈਚਾਰੇ ਦਾ, ਅਤੇ ਉਹਨੂੰ ਕਹਿਣ ਨੂੰ ਦੌਰਾ ਪੈ ਗਿਆ, ਇਹਨੂੰ ਜੁੱਤੀ ਸੰਘਾਓ ਕਿ ਸਾਡੀ ਜੁੱਤੀ ਉਹ ਕਾਹਤਾ, ਲੈ ਜਾ ਫਿਰ ਤੈਨੂੰ ਅੱਜ ਤੋਂ ਬਚਣ ਕੀਤੇ। ਬੰਦਾ ਮੈਂ ਵੀ ਗਰੀਬ ਹਾਂ, ਪਾਟੇ ਲੀੜਿਆਂ ਵਾਲਾ ਵੇਖ ਕੇ ਮੇਰਾ ਮਜ਼ਾਕ ਨਾ ਡਾਈ। ਯਾਦ ਰੱਖੀ ਸੱਚੇ ਸਤਿਗੁਰਾਂ ਦਾ ਕਿ ਜਾ ਅੱਜ ਜਿਹੜੀ ਤੂੰ ਜੁੱਤੀ SC ਲੋਕਾਂ ਨੂੰ ਸੰਘਾਉਣ ਨੂੰ ਫਿਰਦਾ, ਇਹ ਜੁੱਤੀ ਪੰਜਾਬ ਦੇ ਲੋਕ ਔਰ ਤੈਨੂੰ SC ਭਾਈਚਾਰਾ 2027 ਦੇ ਵਿੱਚ ਸੰਘਾਉਣਗੇ ਜਦੋਂ ਰਿਜ਼ਲਟ ਆਇਆ। ਯਾਦ ਰੱਖੀ, ਇਹ ਯਾਦ ਰੱਖ, ਤੂੰ SC ਭਾਈਚਾਰੇ ਨੂੰ ਜੁੱਤੀ ਦੀ ਔਕਾਤ ਵਿਖਾਉਂਦਾ ਨਾ, ਇਹੀ ਪੰਜਾਬ ਦੇ ਲੋਕ ਤੈਨੂੰ ਰਿਜ਼ਲਟ ਵਾਲੇ ਦਿਨ ਤੇਰੀਆਂ ਵੀਡੀਓ ਚੱਲਣਗੀਆਂ,
ਤੇ ਤੇਰੇ ਝਾੜੂ ਨੂੰ ਪਾ ਕੇ ਮੰਜਿਆ ਤੇ ਐ ਉਹਨੂੰ ਟਿਚਰਾ ਕਰਨਗੇ। ਹੁਣ ਨਾ ਉੱਠੀ, ਸੌਂ ਜਾ। ਲੈ ਮੈਂ ਕਹਿੰਦਾ, ਮੈਂ ਕੋਈ ਕਾਂਗਰਸੀਆਂ ਦੇ ਪੱਖ 'ਚ ਨਹੀਂ, ਮੈਂ ਕੋਈ ਅਕਾਲੀਆਂ ਦੇ ਪੱਖ 'ਚ ਨਹੀਂ, ਪਰ ਐਡੀ ਮਾੜੀ ਸ਼ਬਦਾਵਲੀ ਇਹਨਾਂ ਦੀ ਹੈ ਨਹੀਂ ਸੀ ਜਿੰਨੀ ਅੱਜ ਤੂੰ ਬੋਲ ਰਿਹਾ। ਕਾਰਨ ਕੀ ਆ ਕਿ ਜਿਹੜੇ ਅਕਾਲੀ ਦਲ ਦੇ ਲੀਡਰ ਸੀ ਉਹਨਾਂ ਨੇ ਜੁੱਤੀਆਂ ਕਸਾਈਆਂ ਸੀਗੀਆਂ MLA MP ਬਣਨ ਵਾਸਤੇ। ਕਾਂਗਰਸ ਦੇ ਵਿਅਕਤੀਆਂ ਨੇ ਜੁੱਤੀਆਂ ਕਸਾਈਆਂ ਸੀ MLA MP ਬਣਨ ਵਾਸਤੇ, ਅਤੇ BJP ਵਾਲੇ ਤਾਂ ਲੀਡੇ ਵੀ ਕਸਾ ਦਿੰਦੇ ਵੀ ਹਾਂ ਭਾਈ ਆ ਜਾ। ਪਰ ਪਹਿਲੀ ਵਾਰੀ ਹੋਇਆ ਕਿ ਤੁਹਾਡੇ 92 MLA, ਮੈਂ ਤੁਹਾਡੇ ਸਾਰੇ 92 ਨੂੰ ਨਹੀਂ ਆਉਂਦਾ, ਤੁਹਾਡੇ 92 ਵਿੱਚੋਂ ਕੋਈ ਇਹੋ ਜਿਹੇ ਲੀਡਰ ਹੈਗੇ ਜਿਨ੍ਹਾਂ ਨੇ ਜੁੱਤੀਆਂ ਕਸਾਈਆਂ। ਚਲੋ ਮੈਨੂੰ ਨਾਂ ਵੀ ਲੈਣਾ ਪਿਆ ਤਾਂ ਮੈਂ ਲਊਂਗਾ, ਜਲਾਲਾਬਾਦ ਦਾ MLA ਗੋਲਡੀ, ਇਹਨੇ ਜੁੱਤੀ ਕਸਾਈ ਆ ਲੀਡਰ ਬਣਨ ਵਾਸਤੇ, ਅੱਜ ਬਣਿਆ ਵੀ ਆ, ਮੈਂ ਕੋਈ ਮਾੜਾ ਨਹੀਂ ਕਹਿ ਰਿਹਾ। ਜਲਾਲਾਬਾਦ ਦਾ MLA ਤੁਹਾਡਾ, ਇਹਨੇ ਜੁੱਤੀ ਕਸਾਈ ਆ MLA ਬਣਨ ਵਾਸਤੇ, ਅਤੇ ਮੈਂ ਕੋਈ ਇੱਥੇ ਔਰ ਇਹਨੂੰ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਤਜਰਬਾ ਵੀ ਹੈ। ਸੁਣੀ ਚੱਲੋ, ਤੁਹਾਡੇ ਕਈ MLA ਆ ਜਿਨ੍ਹਾਂ ਨੇ ਜੁੱਤੀਆਂ ਕਸਾਈਆਂ ਹੋਣਗੀਆਂ, ਮੈਂ ਸਾਰਿਆਂ ਨੂੰ ਮਾੜਾ ਨਹੀਂ ਆਉਂਦਾ, ਬੜੇ ਚੰਗੇ ਵੀ ਆ, ਪਰ ਕਈ ਤੁਹਾਡੇ MLA ਇਹੋ ਜਿਹੇ ਆ ਜਿਹੜੇ ਵਾਕਈ ਮੈਂਬਰ ਬਣਨ ਦੇ ਕਾਬਲ ਨਹੀਂ ਸੀ, ਉਹ MLA ਬਣੇ ਆ, ਅਤੇ ਸੋਚ ਉਹਨਾਂ ਦੀ ਸਰਪੰਚਾਂ ਵਾਲੀ, ਮੈਂ ਸਰਪੰਚਾਂ ਨੂੰ ਮਾੜਾ ਨਹੀਂ ਕਹਿ ਰਿਹਾ, ਯਾਦ ਰੱਖਿਆ ਜੀ ਗੱਲ, ਅਤੇ ਉਹ ਸਰਪੰਚਾਂ ਵਾਲੀ ਸੋਚ ਵੀ ਨਹੀਂ ਸੀਗੀ, ਤਾਂ ਕਰਕੇ ਸਰਪੰਚ ਵੀ ਬੰਦੇ ਨੂੰ ਕਦਰ ਨਾਲ ਬੁਲਾਉਂਦੇ ਆ, ਪਰ ਤੁਹਾਡੇ MLA ਭੁੱਲ ਗਏ। ਪਰ ਇਹ ਗੱਲ ਨੂੰ ਭੁੱਲ ਗਏ ਕਿ ਜਿਹੜੀ ਸੂਈ ਹੁੰਦੀ ਨਾ ਐਂ ਟਾਈਮ ਪੀਸ ਵਾਲੀ, ਉਹ ਥੱਲੇ ਉੱਤੇ ਚੱਲਦੀ ਆ, ਅਤੇ ਆਖਰ ਨੂੰ ਆ ਕੇ ਫਿਰ ਉਹਨੇ 12 'ਤੇ ਆ ਕੇ ਦੋਨੇ ਤਿੰਨੇ ਸੂਈਆਂ ਇਕੱਠੀਆਂ ਹੋ ਜਾਣਗੀਆਂ। ਅਤੇ 2027 ਦੇ ਵਿੱਚ ਜਦੋਂ ਇਹਨਾਂ ਦੇ ਨਾਲ ਇੱਕ ASI ਹੋਇਆ, ਅਤੇ ਲੋਕਾਂ ਦੇ ਅੱਗੇ ਐਂ ਕਰਦੇ ਫਿਰੇ, ਸਾਨੂੰ ਇੱਕ ਮੌਕਾ ਦੇ ਦਿਓ, ਹੋਰ ਰੋਕਣਗੇ, ਜਾ ਉੱਧਰ ਚੱਲ, ਪਰ ਚੱਲ, ਪਰ ਚੱਲ, ਪਰੇ ਹੋ ਜਾ, ਅੱਗੇ ਦਾ ਕੰਮ ਸੂਤ ਨਹੀਂ ਆਇਆ ਤੁਹਾਨੂੰ ਜਿਹੜਾ 2022 'ਚ ਸੀਟਾਂ ਦਿੱਤੀਆਂ। ਲੈ ਹੁਣ ਪੰਜਾਬ ਦੇ ਲੋਕੋ, ਇਹ ਹੋ ਗਈਆਂ ਗੱਲਾਂ। ਹੁਣ ਤੁਹਾਨੂੰ ਬੇਨਤੀ ਇਹ ਕਰਦਾ ਕਿ ਤੁਹਾਡੇ ਪੁੱਤ ਭਤੀਜੇ ਐਂ ਬਾਹਰ ਜਾਂਦੇ ਰਹਿਣਗੇ, ਅਸੀਂ ਨਸ਼ਿਆਂ 'ਚ ਮਰਦੇ ਰਹਿਣਗੇ, ਤੁਹਾਨੂੰ ਜਾਗਣਾ ਪੈਣਾ। ਸਿਹਤ, ਸਿੱਖਿਆ, ਰੁਜ਼ਗਾਰ ਮੰਗੋ, ਬਾਕੀ ਫਰੀ ਦੀਆਂ ਚੀਜ਼ਾਂ ਵੱਲ ਧਿਆਨ ਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਭਗਵੰਤ ਮਾਨ ਜੀ, ਜੇਕਰ ਕੋਈ ਮੈਂ ਗੱਲ ਗਲਤ ਕਹਿ ਗਿਆ ਵਾਂ, ਤੁਸੀਂ ਮਾਫ਼ ਕਰਿਆ ਜੇ, ਕਿਉਂਕਿ ਗਰਮ ਸੁਭਾਅ ਦੇ ਬੜੇ ਹਾਂ ਤੁਸੀਂ। ਆਹ ਤੁਹਾਡੇ ਫਿਰ ਬੰਦੇ ਮੁਨਸ਼ੀ ਬਣ ਬਣ ਫੋਨ ਕਰਦੇ ਹੁੰਦੇ, ਕਿਸੇ ਨੂੰ ਬੋਲਣ ਨਹੀਂ ਦਿੰਦੇ।